अस्सलाम वालेकुम जी, मेरे साथ है आज खालिद भाई और मुश्ताक भाई। ये हम आए इधर, एक महल है उमर हयात महल, इधर आए हैं। तो ये इधर मुश्ताक भाई है, इनसे पूछते हैं इसकी स्टोरी। जी मुश्ताक भाई अस्सलाम वालेकुम। वालेकुम अस्सलाम जी। जी सर, इसकी स्टोरी बताएं, ये क्या जो उमर हयात का महल है चिनियोट के वस्त में वाक़ है। इसे चिनियोटी की शेख बरादरी के एक फ़र्द शेख उमर हयात ने 1921 से लेकर 1930 तक 10 साल में 4 लाख रुपए से बनवाया था। उमर हयात रहने वाले चिनियोट के थे, उनका कारोबार कलकत्ता में था, इंडिया में। जी इंडिया में, लेकिन उन्हें महल चिनियोट में रहते हुए, इस महल में रहते हुए खुशियां रास नहीं आई। महल बनवाने के 5 साल बाद फौत हो गए। वो नज़दीक कब्रिस्तान है, वहाँ दफन है। उसके 3 साल बाद उनका बेटा चल बसा, अकलौता बेटा था। उसकी माँ ने कहा जहाँ जिंदा नहीं रहे मर के तो रहे। अपने बेटे गुलजार को महल के अंदर दफन करवा दिया। एक साल बाद माँ भी चल बसी, उसे वसीयत के मुताबिक बेटे के पहलू में दफन कर दिया। ये महल अपने रहने वालों का मज़ार बन गया। जो सारे अल्लाह को प्यारे हो गए, तो फिर इस इमारत में उमर हयात के भाइयों ने यतीम खाना बनवा दिया, यानी यतीम बच्चे बसा दिए। माछी बरादरी, खोखर बरादरी के चंद खानदान रहते रहे। उनसे फिर 91 में यहाँ की ज़िली हुकूमत ने संभाला, इसे मुरम्मत करवाया। अब ये शहर की लाइब्रेरी भी है, इसमें है, और साथ साथ ये जगह शहर व सियात की मरकज़ भी बन गया है, शहर की पहचान बनी हुई है। कभी 5 मंजिला था, अब 3 मंजिलें बाकी हैं, 2 मंजिलें कार आमद है, जबकि 3री वीरान हो रही है, उसे बचाया जाना ज़रूरी है। चलो टोटल लकड़ी दी आ गए। वाशरूम ते जगह बनी ਇੱਥੇ ਨਾ ਇੱਕ ਸਿਗਨਲ ਕੋ ਬੰਦ ਕਰ ਦਿੱਤੇ ਇਹਨਾਂ ਨੇ। ਮੌਕਾ ਪਾਣੀ ਦਾ ਸੁੱਟਦੇ ਹੁੰਦੇ ਸੀਗੇ ਕੱਢ ਕੇ ਨਾ। ਬੰਦ ਕਰ ਦਿੱਤੇ, ਇਹ ਅੰਦਰ ਨਾਲੀ ਜਾਂਦੀ ਸੀ, ਇਹ ਬੰਦ ਕਰ ਦਿੱਤੇ। नौकर ने इथों पानी कढ़ना, उधर जिहड़ा ना चला जाना पानी, उधर नहा रहे जिवें टैंकी दे विच जा रहा पानी। जिहड़ी शहर है सारी लकड़ी दी है, सारी शहर लकड़ी की बनी हुई है। इधर इधर पाते थे ना पानी, वेख लो आने बने हुआ। भैया खोल लेंदे अलमारी
ਤਸਵੀਰਾਂ ਬਣਾਈ ਜਾਂ ਇਹਨਾਂ ਤੋਂ ਅੱਜ ਇਸ ਪਹਾੜੀ ਨੂੰ ਮੰਦਰ ਦੀ ਅਸੀਂ ਲੈ ਕੇ ਜਾਣਾ। ਅੱਲਾ ਦੀ ਸ਼ਾਨ ਇਹ ਕਿ ਇਸ ਪਹਾੜੀ 'ਤੇ ਇੱਕ ਐਸੀ ਚਟਾਨ ਵੀ ਹੈ ਜਿੱਥੇ ਪੱਥਰ ਦੇ ਅੰਦਰ ਪੱਥਰ ਵਿੱਚ ਹੀ ਅੱਲਾ ਵਾਲੂ ਅੱਲਾ ਲਿਖਿਆ ਹੈ ਔਰ ਉਹਦੇ ਨੀਚੇ ਪਿਆਰੇ ਨਬੀ ਜੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮੇ ਲਿਖਿਆ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਉਹ ਦੇਖਿਆ ਜਾ ਸਕਦਾ। ਤੁਸੀਂ ਉਹ ਜਿੱਥੇ ਕਿੱਕਰ ਜਿਹਾ ਲੱਗੇ ਨਾ ਜਦੋਂ ਜਾਓਗੇ ਮਾਲਾ ਗੇਰੀਆਂ ਤੋਂ ਸੀੜੀਆਂ ਜਾਂਦੀਆਂ ਇਹ ਤੁਸੀਂ ਦੇਖ ਸਕੋਗੇ ਇਹ ਗਿਰਾਇਆ ਅਤੇ ਬਰਬਾਦ ਹੋਇਆ ਨਾ ਮੀਟਾ ਅਤੇ ਸਜਾਵਟ ਕਾਇਮ ਸੀ ਇਹ ਛੱਡੇ ਹੋਈ ਇਹ ਮੱਟੀ ਜਿਹਨਾਂ ਨੇ ਪਹਿਲਾਂ ਲਿਖਾਇਆ ਛੱਡ ਇਹ ਉਹੀ ਚੱਲ ਰਹੀ ਅਤੇ ਇਹ ਪਹਿਲਾਂ ਉਦੋਂ ਹੀ 1921 ਦੀਆਂ ਲੱਗੀਆਂ ਨੇ ਇਹ ਜਾਪਾਨੀ ਨੇ ਇਹਨਾਂ ਦੀ ਪੁਸ਼ਤ ਲਿਖਿਆ ਮੇਡ ਇਨ ਜਾਪਾਨ ਲਾਈਬ੍ਰੇਰੀ ਦੇ ਪ੍ਰੈਕਟਿਸ ਹਾਂ ਜੀ ਇਹ ਸਭ ਓਰੀਜਨਲ ਹੈ ਬਿਲਕੁਲ ਛੱਤ ਓਰੀਜਨਲ ਉਹ ਇਹਨੂੰ ਕੋਈ ਆਪਣਾ ਜਿਹੜਾ ਉਹ ਰੰਗ ਰੁੰਗ ਨਹੀਂ ਕੀਤਾ ਹੈ ਉਹ ਦੋਨੋਂ ਟੈਲਾਂ ਦੇ ਅਲਮਾਰੀਆਂ ਪੈਂਦੀਆਂ ਨੇ ਅਲਮਾਰੀ ਇੱਧਰ ਅਲਮਾਰੀਆਂ ਵੇਖੋ ਨਾ ਅੱਜ ਐਂਟੀਕ ਅਲਮਾਰੀ ਅੱਜ ਇਹਦੇ ਨਾਲ ਦੀ ਕੰਮ ਕੰਮ 3 ਲੱਖ ਦੇ ਵਿੱਚ ਵੀ ਨਾ ਬਣੇ ਐਂਟੀਕ ਅਲਮਾਰੀ ਹੈ ਮਤਲਬ ਬੜੀ ਪੁਰਾਣੀ ਹੀ ਲੱਗਦੀ ਹਾਂਜੀ ਉਹ ਨਾਲ ਬੈਠਕ ਹੈ ਖਾਸ ਤਰੀਕੇ ਇਸ ਵਿੱਚ ਉਸ ਆਪਣਾ ਨਾਮ ਲਿਖਿਆ ਇਹ ਇੱਕ ਦਾਇਰਾ ਬਣੇ ਜਿਹਦੇ ਵਿੱਚ ਸੁਨਹਿਰੇ ਰੰਗ ਪਹਿਲੇ ਯੂ ਲਿਖਿਆ ਗਿਆ ਐਚ ਡਾਲਿਆ ਗਿਆ ਉਮਰ ਹਯਾਤ ਹਰ ਦਾਇਰੇ ਵਿੱਚ ਯੂ ਐਚ ਯੂ ਅਤੇ ਐਚ ਦਾ ਲੋਗੋ ਬਣਿਆ ਜੀ ਕਿਤੇ ਵਿੱਚ ਯੂ ਐਚ ਨਹੀਂ ਬਣਿਆ ਉਮਰ ਹਯਾਤ ਇਹ ਉਹਦਾ ਪਰਸਨਲ ਨਾਮ ਸੀ ਸਹੀ ਇਹਦੇ ਨਾਲ ਦੀ ਮੈਂ ਅਲਮਾਰੀ ਪੁੱਛੀ ਸੀ ਇਹਦੇ ਨਾਲ ਸਾਡੇ ਮਤਲਬ ਨਾਲ ਡਿੱਗਾ ਅਤੇ ਮਿਸਾਲ ਪੈ ਮੈਂ ਪੁੱਛੀ ਉਹਨਾਂ ਨੇ ਕਿਹਾ ਜੀ ਅਸੀਂ ਦੇਣੀ ਕੋਈ ਨਹੀਂ ਮੈਂ ਕਿਹਾ ਤੁਸੀਂ ਮੂੰਹੋਂ ਮੰਗੋ ਕੀ ਮੰਗਦੇ ਹੋ ਉਹਨੇ ਕਿਹਾ ਜੀ ਮੈਨੂੰ 3 ਲੱਖ ਰੁਪਈਆ ਦੇ ਦੇ ਇਹਦਾ ਦਰਵਾਜ਼ਾ ਨਹੀਂ ਲੱਗਾ ਸੀਗਾ ਉਹਨੂੰ ਸਾਦੀ ਉਹਨੇ ਕਿਹਾ 3 ਲੱਖ ਰੁਪਈਆ ਦੇ ਦੇ ਮੈਂ ਕਿਹਾ ਕਿੱਥੋਂ ਲੈ ਗਿਆ ਹਾਂ ਸਿਰਫ ਇਹ ਅਲਮਾਰੀ ਦਾ ਅਖਰੋਬਾਰ ਅਖਰੋਟ ਦੀ ਲੱਕੜ ਲੱਗੀ ਹੋਈ ਨਾ ਸਮਝ ਲਓ 4 ਕਰੋੜ ਤੋਂ ਦਿੱਤਾ ਹੈ ਹਾਂ ਜਿਹੜਾ ਉਹ 25 ਤੇ ਕਿੱਥੇ 4 ਅਰਬ ਦੇ ਹਿਸਾਬ ਨਾਲ
ਇਹ ਜੀ ਚਨਿਓਟ ਦੇ ਮੁਗਲ ਦੌਰ ਦੇ ਸੂਬਾ ਸੀ ਅਤੇ ਉਸ ਦੌਰ ਦੇ ਗਵਰਨਰ ਸਾਹਿਬ ਅਤੇ ਉਹਨਾਂ ਦੇ ਦਰਬਾਰ ਹੈ ਅਤੇ ਆਰਕੀਟੈਕਟ ਨੇ ਇਹਨਾਂ ਨੇ ਇਸ ਮਹਿਲ ਦੇ ਬਣਾਉਣ ਵਿੱਚ ਬਟਾਲਵੀ ਗਲੀ ਵਾਹਿਗੁਰੂ ਸਾਹਿਬ ਇਹ ਉਹਦੀ ਗੱਡੀ ਦਾ ਇਹ ਉਹਨਾਂ ਕੋਲ ਟਾਇਰ ਸੀ ਇਹ ਪਾਵਾ ਵੇਖ ਲਓ ਅੱਜ ਦੇ ਨਾਲ ਦਾ ਪਾਵਾ ਜਿਹੜਾ ਨਾ 2 ਲੱਖ ਇਸ ਮਹੀਨਾ ਬਣਿਆ ਇੱਥੇ ਦਾ ਦੰਦਾਂ ਦਾ ਬਣਿਆ ਕਸ਼ਮੀਰ ਵਿੱਚ ਸ਼ਹੀਦ ਹੋਣ ਵਾਲਾ ਪਹਿਲਾ ਸ਼ਖਸ ਇਹ ਉਹਨਾਂ ਦੀ ਸ਼ਰਟ ਹੈ ਇਹ ਟਾਰਚ ਖੰਜਰ ਉਹਨਾਂ ਦਾ ਇਹਦੇ ਨਾਲ ਦਾ ਪੂਰਾ ਚਨਿਓੜ ਪਾਵਾ ਨਹੀਂ ਡਿਜ਼ਾਇਨਰ ਮਸਜਿਦ ਦਾ ਵੀ ਨਕਸ਼ਾ ਰੱਖਿਆ ਹੋਇਆ ਉਹ ਬਸ ਉਹਦੇ ਰੱਖ ਕੀਤਾ ਤੈ ਖਾਨੇ ਉਹ ਜ਼ਰਾ ਟੁੱਟ ਗਿਆ ਹੈ ਅੱਛਾ ਲੋਕੀ ਖੇਡਦੇ ਹੋਣੇ ਜੀ ਹਾਂ ਹੈ ਉਹ ਦੀ ਜਿਹੜਾ ਨਾ ਉਹ ਗੱਡੀ ਉਹਦੀ ਗੱਡੀ ਹਾਂਜੀ ਉਹਦੀ ਗੱਡੀ ਉਹਦੇ ਉੱਤੇ ਨਾਮ ਆਉਂਦਾ ਨਾ ਉਹਦੀ ਪਹੁੰਚ ਇਹਨੂੰ ਬਾਖਰਾ ਕਹਿੰਦੇ ਨੇ ਉਹਦੀ ਪਹੁੰਚ ਲੱਕੜ ਦੀ ਬਣੀ ਹੈ ਨਾ ਜੀ ਲੱਕੜ ਦੀ ਬਣੀ ਲੱਕੜ ਦੀ ਉਹ ਲੋਕੀ ਤਾਂ ਪੁਰਾਣੇ ਹੈ ਨਾ ਬੜੀ ਸਕੂਟੀ ਕਰਨੀ ਪੈਂਦੀ ਹੋਈ ਨਹੀਂ ਮੁਸ਼ਤਾਰ ਸਾਹਿਬ ਮੇਰੇ ਪੀਰ ਬਾਈ ਨੇ ਚਨਿਓੜ ਦੇ ਜਿਤਨੇ ਵੀ ਜਿਹੜੇ ਚਨਿਓੜ ਦੇ ਹੋਏ ਨਾ ਇਹਨਾਂ ਲਈ ਸ਼ੇਖ ਅਮੀਰ ਸਾਰੇ ਚਨਿਓੜ ਦੇ ਹੀ ਆ ਜਿਹੜੇ ਨਾ ਕਰਾਚੀ ਦੇ ਮੇਲਾ ਮੁਲਾ ਲਾ ਕੇ ਬੈਠੇ ਨੇ ਪੁਰਾਣੀ ਹਿਸਟਰੀ ਵਿੱਚ ਵੇਖੀਏ ਇੱਥੇ ਹੀ ਹੁੰਦਾ ਸਾਰਾ ਪਾਣੀ ਵਾਲਾ ਮੌਕਾ ਪਾਣੀ ਵੀ ਕੱਢੀ ਦਾ ਜਿੰਨੇ ਨਾਲ ਖੂਹ ਚੋ ਉਹ ਬੋਕੇ ਦਾ ਪੁੱਛ ਰਿਹਾ ਪਾਣੀ ਖੂਹ ਜੀ ਪਾਣੀ ਨਿਕਾਲ ਇੱਥੇ ਖੂਹ ਵੀ ਨਾ ਆ ਰਹੀ ਉਹ ਤਾਂ ਬੜਾ ਨਿਜ਼ਾਮ ਬਣਿਆ ਅੱਜ ਦੇ ਦੌਰ ਦੇ ਵਿੱਚ ਇਹ ਮੁਰੰਮਤ ਹੋ ਰਹੀ ਹੈ ਨਾ ਮੁਰੰਮਤ ਕਰੋੜਾਂ ਰੁਪਈਆ ਲੱਗ ਗਏ ਮਿਸਾਲ ਗਈ ਪਰ ਮੁਰੰਮਤ ਵੀ ਹੋਈ ਸੀ ਛੋੜ ਗਿਆ ਭਾਈ ਸਾਡੀ ਪਿੰਡ ਜਾਵੇ ਮਸਜਿਦ ਹੈ ਨਾ ਉਹ ਕਾਫੀ ਪੁਰਾਣੀ ਬਣੀ ਹੈ ਨਾ ਉਹਦਾ ਥੋੜ੍ਹਾ ਨਕਸ਼ਾ ਨਗਾਰ ਇੰਨਾ ਮਿਲਦਾ ਹੈ ਮਸਜਿਦ ਹੈ ਪਹਾੜੀ ਦੇ ਉੱਤੇ ਚਾੜ ਕੇ ਨਾ ਪੂਰਾ ਚਨਿਓੜ ਵਿਖਾਣਾ ਠੀਕ ਹੈ ਮਾਲਨ ਦਾ ਦਰਬਾਰ ਵਿਖਾ ਕੇ ਲੈ ਸਕ ਫੈਸਲਾਬਾਦ ਤੇ ਇਹ ਕਿਹੜੇ ਸ਼ੋਅ ਵਿੱਚ ਮੈਂ ਵਾਰਦਾ ਚ ਅੱਛਾ ਆ ਭਾਈ ਮੇਰੇ ਭਰਤੀ ਨਹੀਂ ਹੋਏ
ਅੱਛਾ ਤੇ ਉਹ ਭਾਈ ਨੇ ਆਪਣਾ ਉਹਨਾਂ ਦਾ ਕੰਮ ਆ ਮੋਬਾਈਲਾਂ ਦਾ ਅੱਛਾ ਕੰਪਿਊਟਰਾਂ ਦਾ ਠੀਕ ਮਾਡਲ ਹੈ ਮਸਜਿਦ ਦਾ ਖਾ ਕੇ ਲੈ ਕੇ ਆਉਣੀ ਹੈ ਕਿ ਵੇਖੀ ਅੱਗੇ ਕਿਹੜੀ ਮਸਜਿਦ ਐਲੀ ਮਸਜਿਦ ਇੱਕ ਇੱਧਰ ਐ ਸਾਈਡ ਤੇ ਇੱਕ ਵੇਖੇ ਸੀ ਪੁਰਾਣੀ ਜੀ ਮਸਜਿਦ ਇਹ ਨਕਸ਼ਾ ਬਣਾ ਕੇ ਰੱਖਿਆ ਹੈ ਕਿ ਹਾਂ ਲੱਕੜੀ ਦਾ ਬਣਾ ਕੇ ਰੱਖਿਆ ਫਿਰ ਟੁੱਟ ਟੁੱਟ ਗਿਆ ਅੱਸੀ ਲੱਖ ਰੁਪਇਆ ਮੰਗਿਆ ਹੈ ਬਾਹਰ ਜਿਹੜਾ ਨਾ ਟੋਟਲ ਲੱਕੜੀ ਦਾ ਬਣਿਆ ਇਹਦਾ ਸਾਹਮਣਾ ਹਾਂ 70-80 ਲੱਖ ਰੁਪਇਆ ਮੰਗਿਆ